ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਰਾਂਚੀ ਝਾਰਖੰਡ ਤੋਂ ਲਗਭਗ 70 ਜਣੇ ਦਿੱਲੀ ਤੋਂ 25 ਤਾਰੀਖ ਤੋਂ ਇੱਕ ਸਾਈਕਲ ਯਾਤਰਾ ਆਰੰਭ ਕੀਤੀ, ਜੋ ਕਿ 28 ਤਾਰੀਖ ਨੂੰ ਦਰਬਾਰ ਸਾਹਿਬ 'ਤੇ ਜਾ ਕੇ ਸੰਪੂਰਨ ਹੋਏਗੀ, ਜਿਸ ਦਾ ਮੁੱਖ ਉਦੇਸ਼ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਉੱਤੇ ਉਹਨਾਂ ਦੀ ਸਿੱਖਿਆਵਾਂ ਵੰਡ ਛਕੋ, ਕਿਰਤ ਕਰੋ, ਨਾਮ ਜਪੋ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਅਸੀਂ ਇਹ ਸਾਈਕਲ ਰੈਕਲੀ ਵਿੱਚ ਨਿਕਲੇ ਹਾਂ, ਤਾਂ ਕਿ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਕਰ ਸਕੀਏ। ਉਹਨਾਂ ਦੇ ਜਿਹੜੇ ਸਿੱਖਿਆਵਾਂ ਭਾਈਚਾਰੇ ਦਾ, ਔਰਤ ਅਤੇ ਮਰਦ ਨੂੰ ਇੱਕ ਸਥਾਨ ਦੇਣ ਦਾ, ਚਾਰ ਵਰਨ ਨੂੰ ਇੱਕ ਵਰਨ ਗਲਤ ਕਰਨ ਦਾ, ਇਹ ਸਾਰੇ ਆਪਣੇ ਜੀਵਨ ਦੇ ਉਤਾਰੀਏ, ਪ੍ਰੇਮ ਪਿਆਰ ਨਾਲ ਰਹੀਏ ਅਤੇ ਸਰਬੱਤ ਦਾ ਭਲਾ ਬਣਾਈਏ। ਇਸ ਵਿੱਚ ਸਾਡੇ ਨਾਲ ਇੱਕ ਐਂਬੂਲੈਂਸ, ਜੋ ਕਿ ਸੈਂਟ ਜੌਨ ਐਂਬੂਲੈਂਸ ਜਿਹੜੀ ਦਿੱਲੀ ਤੋਂ ਹੈ, ਉੱਥੋਂ ਬੀਬੀ ਦੇਵਿੰਦਰ ਕੌਰ ਸਾਡੇ ਨਾਲ ਲਗਾਤਾਰ ਸੇਵਾ ਕਰ ਰਹੇ ਨੇ। ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਆ ਰਹੀ ਹੈ, ਲਗਾਤਾਰ ਨੋਨ ਸਟੋਪ ਕਰਨ, ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅੱਜ ਅਸੀਂ ਲੁਧਿਆਣਾ ਪਹੁੰਚੇ ਹਾਂ, ਪਹਿਲਾ ਪੜਾਉ ਸਾਡਾ ਪਾਨੀਪਤ ਸੀ, ਦੂਜਾ ਪੜਾਉ ਸਾਡਾ ਰਾਜਪੁਰਾ, ਅੱਜ ਅਸੀਂ ਫਗਵਾੜੇ ਵਿੱਚ ਅਸੀਂ ਰੁਕਣਾ, ਕੱਲ੍ਹ ਅਸੀਂ ਦਰਬਾਰ ਸਾਹਿਬ ਪਹੁੰਚਣਾ ਹੈ। ਅੱਜ ਲੁਧਿਆਣੇ ਵਿੱਚ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ, ਪ੍ਰਬੰਧਕ ਕਮੇਟੀ ਅਤੇ ਸਾਰੇ ਹੀ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਸਾਰੇ ਹੀ ਲੁਧਿਆਣੇ ਵਾਸੀਆਂ ਨੂੰ ਅਸੀਂ 550 ਸਾਲਾਂ ਦੀ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ਼੍ਰੀ ਅਕਾਲ।